ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਫਲੋਰ ਦੇ ਪ੍ਰਧਾਨ ਸ਼ੀਤਲ ਦ੍ਰਵੜ ਜੋ ਕਿ 2 ਦਿਨਾਂ ਤੋਂ ਘਰੋਂ ਗੁੰਮ ਹਨ, ਜਿਨ੍ਹਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਸ਼ੀਤਲ ਦ੍ਰਵੜ ਦੇ ਪਰਿਵਾਰ ਵਾਲਿਆਂ ਨੇ ਅਤੇ ਸਮਰਥਕਾਂ ਨੇ ਇਕੱਠੇ ਹੋ ਕੇ ਥਾਣੇ ਪਹੁੰਚੇ। ਫਲੋਰ ਪੁਲਿਸ ਕੋਲੋਂ ਸ਼ੀਤਲ ਦ੍ਰਵੜ ਨੂੰ ਜਲਦ ਤੋਂ ਜਲਦ ਲੱਭ ਕੇ ਲਿਆਉਣ ਦੀ ਵੀ ਮੰਗ ਕੀਤੀ ਗਈ। ਮੌਕੇ ਤੇ DSP ਫਲੋਰ ਦਵਿੰਦਰ ਅਤਰੀ ਤੇ SHO ਪ੍ਰੇਮ ਸਿੰਘ ਵੀ ਉੱਥੇ ਪਹੁੰਚੇ। ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਜਲਦ ਤੋਂ ਜਲਦ ਉਹਨਾਂ ਨੂੰ ਲੱਭ ਲਿਆ ਜਾਏਗਾ। ਫਲੋਰ ਤੋਂ ਰਾਜਕੁਮਾਰ ਨੰਗਲ। ਅਮਰਜੀਤ, ਹਾਂਜੀ ਹਾਂਜੀ ਸਰ, ਰਾਤ ਨੂੰ ਕੱਲ੍ਹ ਸਾਨੂੰ 2 ਵਜੇ ਫੋਨ ਗਿਆ ਜੀ ਕਿ ਡੈਡੀ ਕੱਲ੍ਹ ਦੇ ਘਰ ਨਹੀਂ ਆਏ, ਇੰਨਾ ਟਾਈਮ ਹੋ ਗਿਆ ਵਾ ਵੀ ਕਿੱਥੇ ਆ ਉਹ, ਕਿੱਥੇ ਨਹੀਂ ਹੈਗੇ ਜੀ। ਅਤੇ ਸਵੇਰੇ ਸਰ ਅੱਜ ਸਾਨੂੰ ਪਤਾ ਲੱਗਾ ਵਾ ਅਤੇ ਸਵੇਰੇ ਸਵੇਰੇ ਅਸੀਂ ਆਪਣੇ ਮੁਹੱਲੇ ਪਨੇਰੇ ਸਬਜ਼ੀ ਮੰਡੀ ਫਲੋਰ ਇੱਧਰ ਆਪਣੇ ਘਰ ਆਏ ਹਾਂ ਜੀ, ਪਤਾ ਕੀਤਾ ਕਿ ਡੈਡੀ ਕਿੱਥੇ ਆ, ਉਹ ਕਹਿੰਦੇ ਵੀ ਰਾਤ ਦੇ ਘਰ ਨਹੀਂ ਆਏ ਹੈਗੇ। ਅਤੇ ਸਵੇਰੇ ਫਿਰ ਜੀ ਸਰ ਸਾਰੇ ਪਾਸੇ ਯਾਰਾ ਦੋਸਤਾਂ ਨੂੰ ਫੋਨ ਕੀਤੇ, ਆਪਣੇ ਰਿਸ਼ਤੇਦਾਰਾਂ ਨੂੰ, ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਹੈਗਾ ਵੀ ਅਸੀਂ ਤਾਂ ਪਰੇਸ਼ਾਨ ਆ ਵੀ ਕੀ ਗੱਲ ਹੋਈ ਹੈ ਕੀ ਨਹੀਂ ਹੋਈ। ਇੱਦਾਂ ਕਦੀ ਨਹੀਂ ਹੋਇਆ ਜੀ ਜਾਣ ਦਾ, ਨਾ ਕਦੀ ਉਹ ਜਾਂਦੇ ਇੱਦਾਂ ਕਿ ਜਾਣਾ ਵੀ ਸਰ ਉਹਨਾਂ ਨੇ ਕਿਤੇ, ਅਤੇ ਉਹ ਫੋਨ ਕਰ ਦਿੰਦੇ ਵੀ ਮੈਂ ਫਲਾਨੀ ਜਗ੍ਹਾ ਬੈਠਾ, ਵੀ ਮੈਨੂੰ ਇੰਨਾ ਟਾਈਮ ਹੋ ਜਾਣਾ, ਮੈਂ ਇੰਨੇ ਟਾਈਮ 'ਤੇ ਘਰ ਆ ਜਾਣਾ ਹੈ, ਆਹ ਗੱਲ ਆ ਸਰ। ਕੋਈ ਰੰਜਿਸ਼ ਲੱਗਦੀ ਕੋਈ? ਰੰਜਿਸ਼ ਭਾਜੀ ਕੋਈ ਨਹੀਂ ਸਰ, ਕਿਸੇ ਨਾਲ ਹੀ ਹੈ, ਕੋਈ ਸ਼ੱਕ ਕੋਈ ਕਿਸੇ ਕਿਸੇ ਦਾ ਕੋਈ ਸ਼ੱਕ ਨਹੀਂ ਜੀ ਸਰ। ਇੱਕ ਧਰਨਾ ਲੱਗਾ ਸੀ ਉਹਦੇ ਸੰਬੰਧ 'ਚ ਤਾਂ ਨਹੀਂ ਕੋਈ ਇੱਦਾਂ ਦੇ ਮਿਸ ਹੋ ਗਏ? ਨਹੀਂ ਸਰ, ਇਹਦੇ ਬਾਰੇ ਕੁਛ ਨਹੀਂ ਪਤਾ ਜੀ ਸਰ। ਵਸੀਮਾ ਲਖਣੇ ਸਾਹਿਬ ਦਾ ਅਸੀਂ ਗੁਰਮਸ਼ਰੀ ਬਾਰੇ, ਉਹਨਾਂ ਦੇ ਜਿਹੜੇ ਬੇਟੇ ਅਮਨਦੀਪ ਨੇ ਕੱਲ੍ਹ ਸਾਨੂੰ ਸ਼ਾਮ ਨੂੰ ਆ ਕੇ ਜਿਹੜਾ ਥਾਣਾ ਫਲੋਰ SHO ਸਾਹਿਬ ਨੂੰ ਰਿਪੋਰਟ ਦਿੱਤੀ ਸੀ ਕਿ ਉਹਨਾਂ ਦੇ ਜਿਹੜੇ ਫਾਦਰ ਸ਼ੀਤਲ ਕੁਮਾਰ ਜੀ ਨੇ, ਉਮਰ ਕਰੀ 73 ਸਾਲ, 5 ਫੁੱਟ 8 ਇੰਚ ਉਹਨਾਂ ਦੀ ਹਾਈਟ ਹੈਗੀ ਆ, ਉਹ ਜੋ ਘਰੋਂ ਸ਼ਾਮ ਨੂੰ ਕੋਈ 5 ਵਜੇ ਜਿਹੜਾ ਹੈਗਾ ਘਰੋਂ ਚਲੇ ਗਏ ਸੀਗੇ, ਜਿੱਦਾਂ ਹੁਣ ਪਤਾ ਲੱਗ ਰਿਹਾ ਵੀ ਕਚਹਿਰੀ ਤੋਂ 10 ਵਜੇ ਸੀਗੇ, ਉਹ ਉਸ ਤੋਂ ਬਾਅਦ ਉਹ ਘਰ ਵਾਪਸ ਗਏ। ਜਿਹਦੇ ਸੰਬੰਧ ਵਿੱਚ ਅਸੀਂ ਇਹਦੇ ਵਰਕਆਊਟ ਕਰ ਰਹੇ ਹਾਂ, ਕੋਲ ਟ੍ਰੇਨਰ ਲੈ ਰਹੇ ਹਾਂ, ਜਿਹੜੇ ਇਹਨਾਂ ਦੇ ਵਿੱਚ ਕੋਈ ਬੰਦੇ ਆਏ ਸੀ ਮਿਲਣ ਵਾਸਤੇ ਜਾਂ ਹੋਰ ਉਹਨੂੰ ਟੱਚ ਹੈਗਾ, ਕਿੱਥੇ ਗਏ, ਕਿਹੜੇ ਰਸਤੇ ਹੋਊਗੇ, CCTV ਕੈਮਰੇ, ਕੋਲ ਡਿਟੇਲ, ਇਹ ਸਾਰਾ ਵਰਕ ਕਰ ਰਹੇ ਹਾਂ। ਇਹਦੇ ਸੰਬੰਧ ਵਿੱਚ ਜਿਹੜਾ ਅਸੀਂ DDR ਨੰਬਰ 28 14/5/2019 ਨੂੰ ਜਿਹੜੀ ਆ ਕਰੋਨਾ ਮਰੀਜ਼ ਦਰਜ ਕਰ ਦਿੱਤੀ ਆ, ਅਤੇ ਜੋ ਪ੍ਰੋਸੀਜਰ ਹੁੰਦਾ ਸਾਡਾ PPR ਮੁਤਾਬਕ 23/18 ਉਹਦੇ ਮੁਤਾਬਕ ਜਿਹੜਾ ਅਸੀਂ ਇਸ਼ਤਿਹਾਰ ਜਾਰੀ ਕੀਤੇ ਨੇ, ਸਾਰੇ ਪੰਜਾਬ ਦੇ ਵਿੱਚ ਕੀਤੇ ਨੇ, ਗੁਰਮਸ਼ਰੀ ਲਿਖਾਈ ਆ, ਕੰਟਰੋਲ ਰੂਮ ਸਾਰੇ ਜ਼ਿਲ੍ਹਿਆਂ 'ਚ, ਇੰਡੀਆ ਲੈਵਲ ਜਿਹੜੇ ਹੁੰਦੇ ਆ ਮਿਸ, ਉਹ ਅਸੀਂ ਬਿਜਲੀ ਆ ਪੇਪਰ ਨੈੱਟ ਰਾਹੀਂ TV ਅਖਬਾਰਾਂ ਰਾਹੀਂ ਜਿਹੜਾ ਦੇ ਰਹੇ ਹਾਂ, ਅਤੇ ਸਾਡੀ ਕੋਸ਼ਿਸ਼ ਆ ਜਿਹੜੀ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਫੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਐਕਸਪੀਰੀਅੰਸ ਜਿਹੜੇ ਬੱਚੇ ਦੇ ਹਵਾਲੇ ਕਰਾਂਗੇ।